ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧੂ ਮੂਸੇਵਾਲਾ ਜਿੱਥੇ ਆਪਣੀ ਮਿਹਨਤ ਦੇ ਲਗਨ ਦੇ ਸਦਕਾ ਇੰਨੀ ਜਲਦੀ ਦਰਸ਼ਕਾਂ ਦੇ ਦਿਲਾਂ ਦੇ ਰਾਜ ਕਰ ਰਿਹਾ ਹੈ, ਉੱਥੇ ਹੀ ਆਪਣੇ ਵਿਰੋਧ ਕਰਕੇ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਤੇ ਹੁਣ ਬੀਬੀ ਬਲਜੀਤ ਕੌਰ ਵੱਲੋਂ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਦਿਆਂ ਸਿੱਧੂ ਨੂੰ ਵੱਡਾ ਚੈਲੰਜ ਕੀਤਾ ਗਿਆ। ਆਓ ਜਾਣਦੇ ਹਾਂ ਕੀ ਹੈ ਉਹ ਚੈਲੰਜ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਇਸ ਚੈਲੰਜ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ। ਆਓ ਜਾਣਦੇ ਹਾਂ ਕੀ ਹੈ ਸਾਰੀ ਕਹਾਣੀ। ਸਿੱਧੂ ਮੂਸੇਵਾਲਿਆ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੂੰ ਲੱਚਰ ਗਾਇਕੀ ਤੋਂ ਹਟ ਜਾ, ਪਰ ਤੂੰ ਬਾਜ ਨਹੀਂ ਆਇਆ। ਸਿੱਧੂ ਮੂਸੇਵਾਲਾ ਉਹ ਗਾਇਕ ਹੈ ਜਿਸ ਦੇ ਆਉਣ ਤੋਂ ਬਾਅਦ ਸਾਰੀ ਪੰਜਾਬੀ ਇੰਡਸਟਰੀ ਹਿੱਲੀ ਹੋਈ ਨਜ਼ਰ ਆ ਰਹੀ ਹੈ। ਆਮ ਤੌਰ ਤੇ ਜਿੱਥੇ ਹੋਰਨਾਂ ਗਾਇਕਾਂ ਦਾ ਗਾਣਾ 2-3 ਮਹੀਨੇ ਬਾਅਦ ਆਉਂਦਾ ਹੈ, ਉੱਥੇ ਹੀ ਸਿੱਧੂ ਮੂਸੇਵਾਲਾ ਆਪਣਾ ਹਰ ਨਵਾਂ ਗਾਣਾ 3-4 ਦਿਨਾਂ ਬਾਅਦ ਹੀ ਰਿਲੀਜ਼ ਕਰ ਰਿਹਾ ਹੈ। ਸਿੱਧੂ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪਤਾ ਨਹੀਂ ਸਿੱਧੂ ਕਿਹੜੇ ਸਮੇਂ ਗਾਣੇ ਨੂੰ ਲਿਖਦਾ ਹੈ ਅਤੇ ਕਦੋਂ ਆਪਣੇ ਗਾਣੇ ਨੂੰ ਰਿਕਾਰਡ ਕਰਵਾਉਂਦਾ ਹੈ, ਅਤੇ ਗਾਣੇ ਦੀ ਵੀਡੀਓ ਦਾ ਵੀ ਨਹੀਂ ਪਤਾ ਲੱਗਦਾ ਕਿ ਇੰਨੇ ਘੱਟ ਸਮੇਂ ਵਿੱਚ ਸਿੱਧੂ ਆਪਣੀ ਗਾਣੇ ਦੀ ਵੀਡੀਓ ਕਿਵੇਂ ਬਣਾ ਲੈਂਦਾ ਹੈ। ਜੇ ਉਹ ਇੰਨਾ ਸਭ ਇੰਨੀ ਜਲਦੀ ਕਰ ਲੈਂਦਾ ਹੈ ਤਾਂ ਅਖੀਰ ਸਿੱਧੂ ਮੂਸੇਵਾਲਾ ਆਪਣੀ ਨੀਂਦ ਕੋਲੋਂ ਪੂਰੀ ਕਰਦਾ ਹੈ? ਤੁਸੀਂ ਇਸ ਪਿੱਛੇ ਦੀ ਮਿਹਨਤ ਜਾਣ ਕੇ ਇੱਕ ਵਾਰ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਅੱਜ ਕੱਲ੍ਹ ਹਰ ਕੋਈ ਸਿੱਧੂ ਮੂਸੇਵਾਲੇ ਦਾ ਫੈਨ ਹੀ, ਉੱਥੇ ਹੀ ਸਿੱਧੂ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ, ਚਾਹੇ ਉਹ ਲੱਚਰ ਗਾਇਕੀ ਕਰਕੇ ਹੋਵੇ ਜਾਂ ਕਿਸੇ ਹੋਰ ਕਾਰਨਾਂ ਕਰਕੇ। ਪਿਛਲੇ ਦਿਨ ਬੀਬੀ ਬਲਜੀਤ ਕੌਰ ਨੇ ਸਿੱਧੂ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਕਿਹਾ ਕਿ ਸਿੱਧੂ ਤੂੰ ਬਾਜ ਨਹੀਂ ਆ ਰਿਹਾ, ਮੈਂ ਤੈਨੂੰ ਪਹਿਲਾਂ ਵੀ ਲੱਚਰ ਗਾਇਕੀ ਬਾਰੇ ਵਾਰਨਿੰਗ ਦਿੱਤੀ ਸੀ। ਆਓ ਦੇਖਦੇ ਹਾਂ ਅਜਿਹਾ ਕੀ ਕਿਹਾ ਉਸਨੇ ਸਿੱਧੂ ਮੂਸੇਵਾਲੇ। ਹਲਕਾ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਅਤੇ ਗਾਇਕ ਸਿੱਧੂ ਮੂਸੇਵਾਲਾ ਦੀ ਆਪਸ ਵਿੱਚ ਸ਼ਕਲ ਵੀ ਮਿਲਦੀ ਹੈ ਤੇ ਅਕਲ ਵੀ ਮਿਲਦੀ ਆ। ਦੋਵਾਂ ਨੇ ਹੀ ਇਕੱਠਿਆਂ ਹੁਣੇ ਹੁਣੇ ਆਪਣੇ ਪ੍ਰੋਫੈਸ਼ਨ ਨੂੰ ਉੱਪਰ ਚੁੱਕਣ ਵਾਸਤੇ ਅਫਸਰਾਂ ਦੇ ਪ੍ਰੋਫੈਸ਼ਨ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਮੈਂ ਇਹਨਾਂ ਦੋਵਾਂ ਨੂੰ ਚੈਲੰਜ ਕਰਦੀ ਹਾਂ ਕਿ ਅਮੈਰੀਕਾ ਜਾਂ ਪੰਜਾਬ ਵਿੱਚ ਭਰਤੀ ਹੋਣਾ ਆਫੀਸਰ ਤਾਂ ਦੂਰ ਦੀ ਗੱਲ, ਅਤੇ ਤੁਸੀਂ ਮੈਨੂੰ ਕਲਰਕ ਭਰਤੀ ਹੋ ਕੇ ਦਿਖਾ ਦਿਓ, ਮੈਂ ਤੁਹਾਨੂੰ ਮੰਨ ਜੂੰਗੀ। ਆਪਣੇ ਪ੍ਰੋਫੈਸ਼ਨ ਨੂੰ ਉੱਪਰ ਚੁੱਕਣ ਵਾਸਤੇ ਦੂਜੇ ਦੇ ਪ੍ਰੋਫੈਸ਼ਨ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰੀਦੀ। ਵਿਧਾਇਕ ਜਾਂ ਗਾਇਕ ਬਣਨਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਆਫੀਸਰ ਬਣਨਾ ਬੜਾ ਔਖਾ। ਸਿੱਧੂ ਮੂਸੇਵਾਲਿਆ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੂੰ ਲੱਚਰ ਗਾਇਕੀ ਤੋਂ ਹਟ ਜਾ, ਪਰ ਤੂੰ ਬਾਜ ਨਹੀਂ ਆਇਆ। ਧੀਆਂ ਭੈਣਾਂ ਸਭ ਦੇ ਘਰਾਂ 'ਚ ਨੇ, ਤੁਹਾਡੇ ਵੀ ਹੋਣੀਆਂ, ਉਹ ਵੀ ਤੇਰੇ ਗਾਣੇ ਸੁਣਦੀਆਂ ਹੋਣੀਆਂ, ਕੀ ਸੋਚਦੀਆਂ ਹੋਣੀਆਂ। ਸ਼ਹੀਦਾਂ ਗੁਰੂਆਂ ਦੀ ਧਰਤੀ 'ਤੇ ਤੁਸੀਂ ਜਨਮ ਲੈ ਕੇ ਅਤੇ ਲੱਚਰ ਗਾਇਕੀ ਨੂੰ ਅੰਜਾਮ ਦੇਵੋ, ਸ਼ਰਮ ਕਰੋ ਮਾੜੀ ਮੋਟੀ। ਜਦੋਂ ਇੱਕ ਨਾਮੀ ਚੈਨਲ ਵੱਲੋਂ ਲੱਚਰ ਗਾਇਕੀ ਵਾਲੇ ਸਵਾਲ ਤੇ ਸਿੱਧੂ ਮੂਸੇਵਾਲੇ ਤੋਂ ਜਵਾਬ ਮੰਗਿਆ ਤਾਂ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੈਂ ਮਾੜਾ ਗਾਉਣਾ ਹਾਂ, ਪਰ ਜੋ ਲੋਕ ਪਸੰਦ ਕਰਦੇ ਹਨ ਜਾਂ ਸੁਣਦੇ ਹਨ ਮੈਂ ਸਿਰਫ ਉਹੀ ਗਾਉਂਦਾ ਹਾਂ। ਜੇ ਲੋਕ ਕੀਰਤਨ ਸੁਣਨਾ ਪਸੰਦ ਕਰਨਗੇ ਤਾਂ ਮੈਂ ਧੱਕੇ ਨਾਲ ਉਹਨਾਂ ਨੂੰ ਕਿਵੇਂ ਹਥਿਆਰਾਂ ਵਾਲੇ ਗਾਣੇ ਸੁਣਾਵਾਂਗਾ, ਲੋਕ ਇੱਕ ਵਾਰ ਸੁਣਨ ਤਾਂ ਸਹੀ, ਮੈਂ ਵੀ ਕੀਰਤਨ ਕਰਨ ਲੱਗ ਜਾਵਾਂਗਾ। ਇਸ ਦੀ ਫੁੱਲ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਹੁਣ ਤੁਸੀਂ ਇਹ ਗੱਲ ਕਰਦੇ ਹੋ ਵੀ ਚਲੋ ਠੀਕ ਹੈ ਮਾੜਾ ਗਾਉਂਦੇ ਹੋ, ਠੀਕ ਹੈ, ਚਲੋ ਤੁਸੀਂ ਇਹ ਕਹਿੰਦੇ ਵੀ ਮਾੜਾ ਗਾਉਂਦੇ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਮਾੜਾ ਨਹੀਂ ਗਾਉਂਦੇ, ਚਲੋ ਮੈਂ ਜਮਾਂ ਮੰਨਦਾ ਵੀ ਅਸੀਂ ਮਾੜਾ ਗਾਉਂਦੇ ਹਾਂ, ਤੁਸੀਂ ਚੰਗੇ ਗਾਉਣ ਵਾਲਿਆਂ ਨੂੰ ਕੀ ਦਿੱਤਾ? ਮੈਂ ਇੱਕੋ ਹੀ ਗੱਲ ਪੁੱਛਦਾ, ਅੱਜ ਵੀ ਬਥੇਰੇ ਸੱਭਿਆਚਾਰਕ ਗਾਇਕੀ ਗਾ ਰਹੇ ਨੇ, ਕੀ ਗੱਲ ਬਾਈ ਤੁਸੀਂ ਉਹਨਾਂ ਦੇ ਸ਼ੋਅ ਜਾ, ਤੁਸੀਂ ਕੈਸਟਾਂ ਕਿਉਂ ਨਹੀਂ ਖਰੀਦਦੇ? ਅੱਜ ਤੋਂ 2 ਸਾਲ ਪਹਿਲਾਂ ਮੈਂ ਫੇਸਬੁੱਕ ਪੇਜ 'ਤੇ ਮੈਂ ਵੀ ਤੂੰ ਵੀ ਲੈ ਕੇ ਗਾਈ ਜਾਂਦਾ ਸੀ, ਮੈਨੂੰ ਕਿਉਂ ਨਹੀਂ ਸੁਣਿਆ ਜੀ ਕਿਸੇ ਨੇ? ਮੈਂ ਉਹ ਤਾਂ ਬਹੁਤ ਸੱਭਿਆਚਾਰਕ ਗਾ ਰਿਹਾ ਸੀਗਾ। ਫਿਰ ਜੇ ਤੁਹਾਨੂੰ ਇੰਨੀ ਗਾਣਿਆਂ ਤੋਂ ਐਲਰਜੀ ਹੈ, ਨਸ਼ਿਆਂ ਤੋਂ ਐਲਰਜੀ ਹੈ, ਫਿਰ ਤੁਸੀਂ ਠੇਕੇ ਕਿਉਂ ਨਹੀਂ ਬੰਦ ਕਰਾ ਰਹੇ ਜੀ? ਉੱਥੋਂ ਤੁਹਾਨੂੰ ਪੈਸੇ ਆਉਂਦੇ ਨੇ। ਜੇ ਆਡੀਅੰਸ ਜਨਤਾ ਸ਼ਬਦ ਕੀਰਤਨ ਦੀ ਮੰਗ ਕਰੂੰ ਤਾਂ ਮੈਂ ਉਹਨਾਂ ਨੂੰ ਕਿਵੇਂ ਹਥਿਆਰਾਂ ਵਾਲੇ ਗਾਣੇ ਸੁਣਾ ਦੂੰ? ਮੈਨੂੰ ਦੱਸੋ, ਜਿਹੜੀ ਚੀਜ਼ ਉਹ ਮੰਗ ਕਰੂੰ ਮੈਂ ਉਹੀ ਸੁਣਾਊਂਗਾ, ਕਿਉਂਕਿ ਮੇਰੀ ਡਿਊਟੀ ਬਣਦੀ ਹੈ ਅਤੇ ਮੈਂ ਰੋਟੀ ਖਾਂਦਾ।
ਜੇਕਰ ਤੁਹਾਨੂੰ ਵੀ ਸਿੱਧੂ ਮੂਸੇਵਾਲੇ ਦੀ ਗੱਲ ਸਹੀ ਲੱਗੀ ਤਾਂ ਇਸ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਿੱਧੂ ਮੂਸੇਵਾਲੇ ਦੇ ਲੱਚਰ ਗਾਇਕੀ ਦੇ ਬਿਆਨ ਠੀਕ ਹਨ ਜਾਂ ਨਹੀਂ। ਜੇਕਰ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਪਸੰਦ ਹਨ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਨਹੀਂ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦਿਓ ਅਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਸਿੱਧੂ ਮੂਸੇਵਾਲੇ ਦਾ ਇਹ ਜਵਾਬ ਉਸਦੇ ਹਰ ਵਿਰੋਧੀ ਤੱਕ ਪਹੁੰਚ ਸਕੇ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।